ਇਹ ਜੀ ਨਿਊਜ਼ ਦੁਆਰਾ 4 ਦਸੰਬਰ ਨੂੰ ਚਲਾਈ ਗਈ ਖਬਰ ਹੈ। ਜੀ ਨਿਊਜ਼ ਦੀ ਡੀਐਨਏ ਰਿਪੋਰਟ। ਇਸ ਡੀਐਨਏ ਰਿਪੋਰਟ ਦਾ ਡੀਐਨਏ ਕਰਦਿਆਂ ਤਾਂ ਪਤਾ ਲੱਗਦਾ ਹੈ ਕਿ ਦੇਸ਼ ਦੇ ਇਹ ਵੱਡੇ ਮੀਡੀਆ ਅਦਾਰੇ ਕਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਸੋਚੀ ਸਮਝੀ ਰਣਨੀਤੀ ਤਹਿਤ ਜਾਣਬੁੱਝ ਕੇ ਖਾਲਿਸਤਾਨ ਨਾਲ ਜੋੜ ਰਹੇ ਨੇ। ਰਿਪੋਰਟ ਵਿੱਚ ਪੱਤਰਕਾਰ ਸੁਧੀਰ ਚੌਧਰੀ, ਭਾਵੇਂ ਟਾਈਟਲ ਵਿੱਚ ਖਾਲਿਸਤਾਨੀਆਂ ਨੇ ਕਿਸਾਨ ਅੰਦੋਲਨ ਹਾਈਜੈਕ ਕਰ ਲਿਆ ਇਹਦੇ ਪਿੱਛੇ ਸਵਾਲੀਆ ਚਿੰਨ੍ਹ ਹੈ, ਪਰ ਖੁਦ ਹੀ ਲੋਕਾਂ ਦੀ ਮਿਹਨਤ ਬਚਾਉਂਦੇ ਹੋਏ ਮੁਸ਼ਕਿਲ ਨਾਲ ਲੱਭੀਆਂ ਅਧੂਰੇ ਸੱਚ ਤੇ ਖਤਰਨਾਕ ਝੂਠ ਦੀਆਂ ਵੀਡੀਓ ਕਲਿਪਿੰਗਸ ਰਾਹੀਂ ਇਹ ਦੱਸ ਰਹੇ ਨੇ ਕਿ ਖਾਲਿਸਤਾਨੀਆਂ ਨੇ ਕਿਸਾਨ ਸੰਘਰਸ਼ ਨੂੰ ਹਾਈਜੈਕ ਕਰ ਲਿਆ ਹੈ। ਇਸ ਦੇ ਸੰਬੰਧ ਵਿੱਚ ਉਹ ਕਿਸਾਨ ਸੰਘਰਸ਼ ਦੌਰਾਨ ਇੱਕ ਬਜ਼ੁਰਗ ਵਿਅਕਤੀ ਦੁਆਰਾ ਬੋਲੀ ਗਈ ਇਹ ਕਲਿੱਪ ਦਿਖਾਉਂਦੇ ਨੇ, ਜਿਸ ਵਿੱਚ ਨਿਊਯਾਰਕ ਪ੍ਰਦਰਸ਼ਨ ਦਾ ਜ਼ਿਕਰ ਵੀ ਆਉਂਦਾ ਹੈ। ਇਸ ਤੋਂ ਪਹਿਲਾਂ ਪੱਤਰਕਾਰ ਦੁਆਰਾ ਕੀ ਸਵਾਲ ਪੁੱਛਿਆ ਗਿਆ ਅਤੇ ਅੰਦੋਲਨਕਾਰੀ ਨੇ ਪੂਰਾ ਜਵਾਬ ਕੀ ਦਿੱਤਾ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਪਰ ਜੀ ਨਿਊਜ਼ ਲਈ 2 ਸੈਕਿੰਡ ਦੀ ਇਹ ਵੀਡੀਓ ਕਲਿੱਪ ਇਹ ਦਰਸਾਉਣ ਲਈ ਕਾਫੀ ਹੈ ਕਿ 3 ਨਵੰਬਰ ਨੂੰ ਕਹੀ ਗਈ ਇਹ ਗੱਲ 1 ਦਸੰਬਰ ਨੂੰ ਨਿਊਯਾਰਕ ਤੱਕ ਪਹੁੰਚ ਕੇ ਵੱਡੇ ਪ੍ਰਦਰਸ਼ਨ ਦਾ ਰੂਪ ਧਾਰਨ ਕਰ ਲੈਂਦੀ ਹੈ। ਜਦ ਨਿਊਯਾਰਕ ਵਿੱਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਦੁਆਰਾ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ। ਭਾਰਤ ਦੇਸ਼ ਅੰਦਰ ਦਿੱਲੀ ਨਾਲ ਲੱਗਦੇ ਬਾਰਡਰਾਂ ਤੇ ਪ੍ਰਦਰਸ਼ਨ ਕਰੇ ਲੱਖਾਂ ਕਿਸਾਨਾਂ ਦੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਖਾਲਿਸਤਾਨ ਅਤੇ ਫਿਰ ਅੱਗੇ ਅੱਤਵਾਦ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਸ਼ਾਬਦਿਕ ਜਾਲ ਵਰਤੇ ਜਾ ਰਹੇ ਨੇ ਕਿ ਝੂਠ ਨੂੰ ਸੱਚ ਸਾਬਿਤ ਕਰਨ ਲਈ ਪੱਤਰਕਾਰੀ ਦੇ ਮਖੌਟੇ ਦਾ ਪੂਰਾ ਲਾਹਾ ਲਿਆ ਜਾ ਸਕੇ। ਜੇਕਰ ਇਹ ਪਹਿਲੀ ਵਾਰ ਹੋਇਆ ਹੋਵੇ ਕਿ ਕਿਸਾਨਾਂ ਦੀ ਦਿੱਲੀ ਚੱਲੋ ਮੁਹਿੰਮ ਤੋਂ ਬਾਅਦ ਹੀ ਵਿਦੇਸ਼ਾਂ ਦੀ ਧਰਤੀ ਤੇ ਖਾਲਿਸਤਾਨ ਦੇ ਨਾਰੇ ਗੂੰਜੇ ਹੋਣ ਤਾਂ ਅੰਦੋਲਨ ਵਿੱਚ ਖਾਲਿਸਤਾਨ ਸਮਰਥਨ ਦੇ ਤਰਕ ਨੂੰ ਮੰਨਿਆ ਜਾ ਸਕਦਾ ਹੈ। ਪਰ ਇੱਥੇ ਜਾਣਨਾ ਜ਼ਰੂਰੀ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਵਿੱਚ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ ਅਤੇ ਉੱਥੇ ਪਹਿਲਾਂ ਵੀ ਪੰਜਾਬ ਅਤੇ ਭਾਰਤੀ ਸਰਕਾਰ ਨਾਲ ਜੁੜੇ ਮੁੱਦਿਆਂ ਤੇ ਕੀਤੇ ਜਾਂਦੇ ਰੋਸ ਪ੍ਰਦਰਸ਼ਨਾਂ ਵਿੱਚ ਖਾਲਿਸਤਾਨ ਰਾਜ ਕਰੇਗਾ ਖਾਲਸਾ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਵਿੱਚ ਨਾਰੇ ਲਗਾਏ ਜਾਂਦੇ ਨੇ। ਇਸੇ ਨਿਊਜ਼ ਰਿਪੋਰਟ ਦੌਰਾਨ ਸੁਧੀਰ ਚੌਧਰੀ ਦੁਆਰਾ ਇੱਕ ਹੋਰ ਵੀਡੀਓ ਦਿਖਾਈ ਜਾਂਦੀ ਹੈ, ਜਿਸ ਰਾਹੀਂ ਇਹ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਕਿਸਾਨ ਅੰਦੋਲਨ ਵਿੱਚ ਇੱਕ ਨੌਜਵਾਨ ਪ੍ਰਦਰਸ਼ਨਕਾਰੀ ਨੇ ਖਾਲਿਸਤਾਨ ਅਤੇ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਕੀਤੀ ਹੈ। ਸੁਧੀਰ ਚੌਧਰੀ ਦੁਆਰਾ ਇਸ ਵੀਡੀਓ ਵਿੱਚ ਕਿਸਾਨੀ ਪ੍ਰਦਰਸ਼ਨ ਨੂੰ ਅੱਤਵਾਦ ਨਾਲ ਜੋੜਨ ਦੀ ਕੀਤੀ ਗਈ ਕੋਸ਼ਿਸ਼ ਨੂੰ ਸਮਝਿਆ ਜਾਣਾ ਵੀ ਜ਼ਰੂਰੀ ਹੈ। ਫਿਰ ਤੋਂ ਦੱਸਣਾ ਅਹਿਮ ਹੈ ਕਿ ਜਦ ਵੀ ਖਾਲਿਸਤਾਨ ਦੀਆਂ ਅਜਿਹੀਆਂ ਵੀਡੀਓ ਕਲਿੱਪਸ ਦਿਖਾਈਆਂ ਜਾਂਦੀਆਂ ਨੇ ਤਾਂ ਪੱਤਰਕਾਰ ਦੁਆਰਾ ਪੁੱਛਿਆ ਗਿਆ ਸਵਾਲ ਅਤੇ ਜੇਕਰ ਉਹ ਸਵਾਲ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਸੀ ਤਾਂ ਉਹ ਖਾਲਿਸਤਾਨ ਦੇ ਵਿਸ਼ੇ ਤੱਕ ਕਿਵੇਂ ਪਹੁੰਚਿਆ, ਇਹ ਜਾਣਨ ਲਈ ਪੂਰੀ ਵੀਡੀਓ ਨਹੀਂ ਦਿਖਾਈ ਜਾਂਦੀ। ਜੀ ਨਿਊਜ਼ ਦੁਆਰਾ ਇਸ ਨੌਜਵਾਨ ਪ੍ਰਦਰਸ਼ਨਕਾਰੀ ਨਾਲ ਕੀਤੀ ਜਾ ਰਹੀ ਗੱਲਬਾਤ ਨੂੰ ਉੱਥੇ ਮੌਜੂਦ ਦੂਸਰੇ ਨੌਜਵਾਨਾਂ ਦੁਆਰਾ ਆਪਣੇ ਫੋਨ ਦੇ ਕੈਮਰੇ ਵਿੱਚ ਕੈਦ ਕਰ ਲਿਆ ਜਾਂਦਾ ਹੈ, ਜੋ ਇਹ ਖੁਲਾਸਾ ਕਰਨ ਲਈ ਵੱਡਾ ਸਬੂਤ ਹੈ ਕਿ ਜੇਕਰ ਸਿਰਫ ਇਸ ਵੀਡੀਓ ਨੂੰ ਦੇਖੀਏ ਤਾਂ ਕਰੀਬ 8 ਮਿੰਟ ਦੀ ਪੂਰੀ ਗੱਲਬਾਤ ਵਿੱਚੋਂ ਜੀ ਨਿਊਜ਼ ਸਿਰਫ 28 ਸੈਕਿੰਡ ਹੀ ਦਿਖਾਉਂਦਾ ਹੈ। ਉਹ 28 ਸੈਕਿੰਡ ਦੀ ਵੀਡੀਓ ਜਿੱਥੇ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਜਦਕਿ ਬਾਕੀ 7.5 ਮਿੰਟ ਜਦ ਕਿਸਾਨ ਸੰਘਰਸ਼ ਜੋ ਅਸਲੀ ਮੁੱਦਾ ਹੈ ਉਸ ਬਾਰੇ ਗੱਲਬਾਤ ਹੋ ਰਹੀ ਹੈ ਨੂੰ ਤਰਜੀਹ ਦੇਣਾ ਸ਼ਾਇਦ ਜੀ ਨਿਊਜ਼ ਦੀ ਨਿਊਜ਼ ਪਾਲਿਸੀ ਦੀ ਉਲੰਘਣਾ ਹੈ। ਇਸ ਅੰਦੋਲਨ ਕੋ ਖਾਲਿਸਤਾਨੀ ਵਿਚਾਰਧਾਰਾ ਕੇ ਲੋਕ ਕੈਸੇ ਹਾਈਜੈਕ ਕਰ ਰਹੇ ਹੈ ਉਸਕਾ ਇੱਕ ਔਰ ਸਬੂਤ ਆਜ ਹਮਾਰੇ ਪਾਸ ਹੈ। कल रात को जब हमारी रिपोर्टिंग टीम इस आंदोलन की कवरेज कर रही थी तो इस दौरान एक बार फिर खालिस्तान का जिक्र आया और कल रात को खालिस्तान के बारे में क्या कहा गया वो भी आप सुनिए। सुप्रीम कोर्ट कहता है खालिस्तान बोल लो, कोई उसमें तो वो नहीं है, बोले सभी को आजादी है जी। खालिस्तान कब मांगना शुरू हुआ? मूवमेंट शुरू हुई 78 में, निरंकारियों ने वहां पे कांड किया, संता ने क्या जिदन इतने पहुंचा के आई खालिस्तान की नींह रखी जाऊगी, तुसी नींह रखाती बनाउणा नहीं बनाउणा ये बाद दी गल है, अज तुसी नाम दिंदे शायद इस मूवमेंट चो बन जावे, साडे लई तां खुशी हो खुशी है। खालिस्तान की जो गल होनी खालसे ने अपने आप लै लेना, वह गल्लां छड़ दो, वह थोड़े बस दियां गल्लां नहीं, वह खालसे ने अपने आप सोची हुई हैं किवें करनियां ने। आंदोलन में खालिस्तान की एंट्री की खबर हमने आपको 5 दिन पहले 30 नवंबर को दिखाई थी। इसके बाद 1 तारीख को खालिस्तान के प्रति नर्म रहने वाले देश कनाडा से यह खबर आई कि कनाडा के प्रधानमंत्री जस्टिन ट्रूडो ने किसान आंदोलन का समर्थन किया है और कहा है कि कनाडा इस आंदोलन पर नजर रखे हुए है। जस्टिन ट्रूडो की सरकार पर खालिस्तानियों के प्रति हमदर्दी दिखाने के आरोप पहले भी लग चुके हैं। 2018 में जब जस्टिन ट्रूडो भारत आए थे तो इस दौरान दिए गए एक डिनर में एक खालिस्तानी आतंकवादी को भी इन्विटेशन भेज दिया गया था। दावा किया गया था कि यह आतंकवादी ट्रूडो के आधिकारिक दल का हिस्सा था, हालांकि कनाडा की सरकार इससे इनकार करती है। लेकिन कनाडा के वैंकूवर शहर में भी एक और रैली निकाली गई है जिसमें भारत की सरकार का विरोध किया गया है, प्रधानमंत्री मोदी के खिलाफ आपत्तिजनक भाषा का प्रयोग किया गया है, यहां तक भी ठीक था। लेकिन इस रैली में खालिस्तान के झंडे लहराए गए और खालिस्तान के समर्थन में खुलकर नारे भी लगाए गए। इस रैली में मौजूद कुछ लोगों ने जो नारा लगाया वो बहुत गंभीर है और ये नारा था भिंडरवाला की सोच से डरा देंगे ठोक के। अब आप भी सुनिए। भिंडरवाला की सोच से डरा देंगे ठोक के, भिंडरवाला की सोच
की जीदार। राज करेगा खालसा। मोदी सरकार मुर्दाबाद। मोदी सरकार मुर्दाबाद। मोदी हाय 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 हाय। राज करेगा खालसा किसान एकता मुर्दाबाद। बिगाड़े दी सोच से बिगाड़े दी सोच से राज करेगा खालसा। तो यहां पर भी भिंडर वाले का नाम लिया गया है, खालिस्तान का नाम लिया गया है। खालिस्तान के समर्थक सिखों के लिए एक अलग देश हमेशा मांग करते हैं और इसके लिए वो आतंकवाद का भी सहारा लेते हैं, सब जानते हैं। अब आप सोचिए, कनाडा की धरती पर अगर कोई व्यक्ति आतंकवादी संगठन आईएसआईएस के झंडे लहराने लगे तो वहां की सरकार क्या करेगी? उसे बिना देर किए जेल में डाल दिया जाएगा। लेकिन खालिस्तान के समर्थक खुलेआम कनाडा की सड़कों पर खालिस्तान जिंदाबाद के नारे लगा रहे हैं, भिंडर वाला के नारे लगा रहे हैं और वहाँ की सरकार कुछ नहीं कर रही और इसे लोकतंत्र का नाम दे रही है, इसे फ्रीडम ऑफ स्पीच का नाम दे रही है। कल यानी 3 तारीख को हमने आपको बताया था कैसे खालिस्तान की मांग करने वाले वो संगठन जो विदेशों से संचालित होते हैं वो विदेशों में बसे युवाओं को भड़का रहे हैं। ऐसे एक संगठन का नाम है सिख फॉर जस्टिस, जिसने इस आंदोलन में शामिल किसानों को 7.5 करोड़ रुपए की मदद देने का ऐलान किया है। ये संगठन भी खालिस्तान के नाम पर भारत में आतंकवाद फैलाने का काम करता है। आंदोलन में खालिस्तान की एंट्री की ये क्रोनोलॉजी हमारे तमाम दावों को आज पुख्ता कर देगी और यह साबित कर देगी कि किसान आंदोलन को देश विरोधी ताकतें हाईजैक करना चाहती हैं और इसके लिए सिर्फ देश में ही नहीं बल्कि विदेशों में भी जमीन तलाशी जा रही है और हम इसी से देश को और अपने किसान भाइयों को सावधान करना चाहते हैं। हम फिर से ये कह रहे हैं, हम किसानों के साथ हैं, किसानों की जो मांग है वो लोकतांत्रिक तरीके से जिस तरीके से उठा रहे हैं उसका समर्थन करते हैं, लेकिन हम पहले दिन से किसानों को ये आगाह कर रहे हैं कि कुछ ऐसे लोग हैं, कुछ अलगाववादी लोग हैं जो अपने फायदे के लिए इस आंदोलन को हाईजैक करना चाहते हैं और इसमें बहुत सारी विदेशी ताकतें भी सक्रिय हैं। अब न्यूयॉर्क में जो हुआ वो आपने देख लिया, कनाडा में जो हुआ वो भी आपने देख लिया। पंजाब के मुख्यमंत्री कैप्टन अमरिंदर सिंह ने कल देश के गृह मंत्री अमित शाह से मुलाकात के बाद यही कहा था कि इस आंदोलन का असर देश की सुरक्षा पर भी पड़ सकता है और इसके जवाब में आज पंजाब के पूर्व उप मुख्यमंत्री सुखबीर सिंह बादल ने एक ट्वीट किया है और लिखा है कि पंजाब के किसानों के साथ जब भी कुछ अच्छा होता है तो अमरिंदर सिंह को देश की सुरक्षा खतरे में लगने लगती है। उन्होंने यह भी लिखा कि इंदिरा गांधी की आत्मा आज भी अमरिंदर सिंह में जिंदा है। जाहिर है अमरिंदर सिंह की बातों को इंदिरा गांधी से जोड़कर सुखबीर बादल कुछ इशारा करने की कोशिश कर रहे हैं। इस तरह वीडियो दे कुछ हिस्से नूं अपने हिसाब नाल कट के उसनूं बार बार रिपीट करके हाईलाइट करके पेश करना गोदी मीडिया दा आम हथकंडा है, जिस तरह जी न्यूज दे सुधीर चौधरी दिखा रहे ने वीडियो राही, जिथे ये कहना ज्यादा सही होगा कि वीडियो एडिटिंग राही पेश किया गया इस संदर्भ किसान अंदोलन में खालिस्तानी दे हैशटैग नाल चंगी तरह मेल खांदा है, पर यह फैसला करन तो पहला किसानी मुद्दियां ते कीती गई गलबात दा पूरा वीडियो देखना बेहद जरूरी है। ਇਹ ਉਹ ਵੀਡੀਓ ਹੈ ਜੋ ਘਟਨਾ ਸਥਲ ਤੇ ਮੌਜੂਦ ਨੌਜਵਾਨਾਂ ਦੁਆਰਾ ਬਣਾਈ ਗਈ ਹੈ। ਧਿਆਨ ਨਾਲ ਸਾਰੀ ਵੀਡੀਓ ਦੇਖੋ ਤੇ ਫੈਸਲਾ ਕਰੋ ਕਿ ਨੌਜਵਾਨ ਪ੍ਰਦਰਸ਼ਨਕਾਰੀ ਦਾ ਮੁੱਖ ਮੁੱਦਾ ਕਿਸਾਨ ਦੀਆਂ ਫਸਲਾਂ ਤੇ ਖੇਤੀ ਕਾਨੂੰਨ ਹੈ ਜਾਂ ਕੁਝ ਹੋਰ। जो आंदोलन है ये बहुत बड़ा अब आंदोलन बन चुका है, इंटरनेशनल लेवल से इसके बारे में बात की जा रही है। क्या लगता है मुख्य पे क्या मांगे हैं किसानों की सरकार नहीं चाहिए? महंगाई ही नहीं, एक बार पहली भी छूट की मांग आई है एमएसपी में, एमएसपी पहला भी मिलती है और वो उन्ने रेट से खरीदी नहीं, ऐत की पक्का करा जाए भी उन्ने चक्कू भी सकता। दूजी गल पहली सब तो पहली मांग है कि दिन रात करे जा किसानों के पक्ष च है ही नहीं, साफ जी गल किसानों के पक्ष च ही नहीं, जो इन्नी मेहनत करते हैं आज जिसे टाइम असं इतनी खड़ना इस टाइम में किसान जाके पानी ला रहा हूं खेत में, दफ्तर चो जो फरमान जारी कर रहे वह सौखी गल है पर जी मेहनत करनी उन्होंने पता भी किस तरीके साढ़े तक कन्न बचाते हैं, है ना। इस अज दर्द जो सारे अंदर आ वो इस करके क्योंकि रोटी तुम भी खाने रोटी असं भी खाने, जोड़ा हराम की खाँदा वह यहो जे बिल लागू करो, जोड़ा हराम की खाँदा ना वो बिल यहोजे लागू, जिन्होंने पता है ना भी मेहनत करके खाधी आ हरे का मेहनत का मुल पता है वह यह काम कद नहीं करता, तो इन्ना दर्द देने तो बाद भी समझ लो इन्ने टाइम तो बाद भी अज तुम हिसाब ला लो भी लगातार 60 दिन तो उत्थे हो गए है ना बैठे
ਪੰਜਾਬ ਦੇ ਵਿੱਚ ਤੇ ਅੱਜ ਇੱਥੇ ਬੈਠਣੇ 7-8 ਦਿਨ ਇੱਥੇ ਤੇ 7-8 ਦਿਨ ਉਹ ਤੋਂ ਬਾਅਦ ਜਿਹੜਾ ਆਉਂਦੇ ਟਾਈਮ 'ਚ ਚਾਰ ਜਗ੍ਹਾ ਜਿਹੜੀਆਂ ਇਹਨਾਂ ਨੇ ਰੋਕਾਂ ਲਾਈਆਂ ਪਾਣੀ ਦੀਆਂ ਵਿਛਾੜਾਂ ਹੋ ਗਈਆਂ ਆਸਣ ਦੇ ਗੋਲੇ ਹੋ ਗਏ ਲਾਠੀ ਚਾਰਜ ਹੋ ਗਏ ਸਾਰਾ ਕੁਝ ਕਰ ਲਿਆ ਇਹਨਾਂ ਨੇ ਉਹ ਕਿੰਨੇ ਕੁ ਉਹ ਮਿਹਨਤੀ ਬੰਦਾ ਕਿਸਾਨ ਉਹਦੀ ਹਾਏ ਵੀ ਲੱਗੂਗੀ ਤੇ ਜਿੰਨੇ ਬੰਦੇ ਆਹ ਜਿਹੜੇ ਇੱਥੇ ਬੈਠੇ ਨੇ ਭਾਵੇਂ ਘਰਾਂ 'ਚ ਬੈਠੇ ਜਿਹੜੇ ਅਰਦਾਸਾਂ ਕਰਨ ਭਾਵੇਂ ਬਾਹਰਲੇ ਦੇਸ਼ 'ਚ ਉਹ ਜਿਹੜੇ ਅਰਦਾਸਾਂ ਕਰਨ ਦੇ ਉਹਨਾਂ ਦੀ ਹਾਏ ਲੱਗੂਗੀ ਉਹ ਸਾਰਾ ਕੁਝ ਜੋ ਹੈ ਨਾ ਉਹ ਇੱਥੇ ਨਿਕਲੂਗਾ ਕਿਤੇ ਹੋਰ ਨਹੀਂ ਇੱਥੇ ਮਿਲਣਾ ਜਿਹੜੀਆਂ ਮੰਗਾਂ ਦੀ ਗੱਲ ਕਰਦੇ ਹੋ ਤੁਸੀਂ ਮੰਗਾਂ ਇਹੀ ਨੇ ਬਿੱਲ ਰੱਦ ਹੋਣ ਬਿੱਲ ਬਿਲਕੁਲ ਪੱਖ 'ਚ ਨਹੀਂ ਦੂਜਾ ਇਹ ਪ੍ਰਾਈਵੇਟਾਈਜੇਸ਼ਨ ਕਰਨਾ ਚਾਹੁੰਦੇ ਨੇ ਸਾਨੂੰ ਮਨਜ਼ੂਰ ਨਹੀਂ ਜਿੱਦਾਂ ਹੈਗਾ ਉੱਦਾਂ ਹੀ ਮੰਡੀਕਰਨ ਖਤਮ ਕਰਨਾ ਚਾਹੁੰਦੇ ਹਾਂ ਕਿਉਂ ਕਰਨਾ ਚਾਹੁੰਦੇ ਹੋ ਜੇ ਤੁਸੀਂ ਕਹਿੰਦੇ ਹੋ ਕਿਸਾਨ ਹਿੱਤ 'ਤੇ ਨੇ ਤੁਸੀਂ ਸਭ ਤੋਂ ਸੋਹਣੀ ਜੀ ਗੱਲ ਆ ਡੈਮੋਕ੍ਰੇਸੀ ਕਹਿੰਦੇ ਹੋ ਨਾ ਮਾਰਜਨ ਦੇ ਨਾਲ ਜਿੱਤੇ ਹੋਏ ਆ ਤੇ ਜੋ ਕਰਾਂਗੇ ਉਹ ਪਿੱਛੇ ਪਿੱਛੇ ਜਿਹੜਾ ਸਾਡਾ ਆਈਟੀ ਸਾਲਾ ਉਹਨੇ ਵੀ ਪੰਪ ਦੇ ਜਾਣੇ ਤੇ ਅਸੀਂ ਵੀ ਐਨ ਜੋ ਕਰਦੇ ਜਾਵਾਂਗੇ ਉਹ ਪੂਰਾ ਹੋ ਜਾਣਾ ਪਰ ਇਦਾਂ ਨਹੀਂ ਹੁੰਦਾ ਜਦੋਂ ਲੋਕ ਲਹਿਰ ਖੜੀ ਹੋ ਜਾਵੇ ਨਾ ਜਦੋਂ ਲੋਕ ਜਾਗ ਜਾਣ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਜਦੋਂ ਲੋਕ ਹੀ ਨਹੀਂ ਹੈਗੇ ਦੇਸ਼ ਕਿੱਥੋਂ ਹੋ ਜਾਊਗਾ ਗੱਲ ਲੋਕਾਂ ਨਾਲ ਹੀ ਹੈ ਤੁਸੀਂ 4-5 ਬੰਦੇ ਰਹਿ ਕੇ ਦੇਸ਼ ਹੀ ਬਣਾਉਣਾ ਚਾਹੁੰਦੇ ਹੋ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹੋ ਪਰ ਤੁਸੀਂ ਅੱਜ ਤੱਕ ਪੰਜਾਬ ਦੇ ਨਾਲ ਧੱਕਾ ਕਰਦੇ ਆਏ ਪਿਛਲੀ ਸਰਕਾਰ ਉਹਨੇ ਵੀ ਧੱਕਾ ਕਰਿਆ ਤੁਸੀਂ ਆਏ ਹੋ ਤੁਸੀਂ ਵੀ ਧੱਕਾ ਕਰਨਾ ਚਾਹੁੰਦੇ ਹੋ ਪਰ ਪੰਜਾਬ ਨੂੰ ਇਹ ਚੀਜ਼ ਮਨਜ਼ੂਰ ਨਹੀਂ ਅੱਜ ਪੰਜਾਬ ਜੇ ਇੱਥੇ ਪਹੁੰਚਿਆ ਨਾ ਇਹ ਪੁਰਾਣਾ ਦਰਦ ਵੀ ਵਿੱਚ ਨਾਲ ਲੈ ਕੇ ਆਇਆ ਇਹ ਪੁਰਾਣੇ ਦਰਦ ਨੂੰ ਜਿਹੜੀ ਚੀਜ਼ ਇੱਥੇ ਹਟਾਈ ਹੈ ਨਾ ਦਿੱਲੀ ਨੇ ਆਪਣੇ ਸੀਨੇ ਦੇ ਉੱਤੇ ਪੰਜਾਬੀਆਂ ਨੇ ਸਿੱਖਾਂ ਨੇ ਹੈ ਨਾ ਸਪੈਸ਼ਲੀ ਸਿੱਖਾਂ ਨੇ ਉਹ 84 ਹੈ ਨਾ ਯਾਦ ਕਰਨੀ ਪਊਗੀ ਇੱਕ ਬੰਦਾ ਮਰ ਜਾਂ ਤੁਸੀਂ ਹਜ਼ਾਰਾਂ ਨੂੰ ਕਤਲ ਕਰ ਦਿੰਦੇ ਹੋ ਉਹ ਜੇ ਆਪਾਂ ਕਹੀਏ ਨਾ ਰਾਈਟਸ ਨਹੀਂ ਸੀਗੇ ਉਹ ਜੈਨੋਸਾਈਡ ਸੀਗਾ ਉਹ ਚੀਜ਼ਾਂ ਉਹ ਦਰਦ ਅੱਜ ਵੀ ਅੰਦਰ ਹੈ ਕਿਉਂਕਿ ਇਹ ਉਹ ਕੌਮ ਹੈ ਜਿਹੜੀ ਸਰਬੱਤ ਦੇ ਭਲੇ ਦੇ ਲਈ ਆ ਤੁਸੀਂ ਦੇਖੋ ਸਵੇਰ ਦੇ ਲਈ ਜਿਹੜੇ ਸਾਡੇ ਲਈ ਲਾਏ ਗਏ ਨਾ ਵੀ ਇਹਨਾਂ ਨੂੰ ਰੋਕਣਾ ਆ ਉਹਨਾਂ ਨੂੰ ਵੀ ਖੁੱਲੇ ਲੰਗਰ ਵਰਤ ਰਹੇ ਨੇ ਤੇ ਖੁੱਲੇ ਦਿਲ ਨਾਲ ਕਿਸੇ ਨੂੰ ਤੁਸੀਂ ਜਾਟ ਅੰਦੋਲਨ ਦੇਖਿਆ ਸ਼ਰਾਰਤੀ ਬੰਦੇ ਵਾੜੇ ਤੇ ਖਰਾਬ ਕਰਤੀ ਮੂਵਮੈਂਟ ਹੈ ਨਾ ਇਹੀ ਚੀਜ਼ ਇਹਦੇ ਵਿੱਚ ਸ਼ਰਾਰਤੀ ਬੰਦੇ ਵੜ ਜਾਣਗੇ ਪਰ ਅੱਜ ਤੱਕ ਦੇਖਿਆ 7 ਦਿਨ ਹੋ ਗਏ ਕੋਈ ਵੀ ਸ਼ਰਾਰਤ ਨਹੀਂ ਹੋਣ ਦਿੱਤੀ ਸਾਰਿਆਂ ਨੂੰ ਕਹਿ ਦੇਣਾ ਆਪਣੇ ਰੋਜ਼ਗਾਰ ਖੋਲੋ ਤੇ ਆਪਣੇ ਚਲਾਓ यहाँ पे एक और दिलचस्प चीज हम आपको दिखाना चाहेंगे यहाँ पे ये जेड़े मजबूरी बस खड़े ने जेड़े ड्यूटियां दे रहे ने ਇਹਨਾਂ ਨੂੰ ਜੇ ਚਲਾਣੀ ਪਊਗੀ ਇਹਨਾਂ ਨੇ ਤਾਂ ਹੁਕਮ ਪਕਾਉਣਾ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਜਦੋਂ ਬਾਬਰ ਚੜ੍ਹੇ ਬਾਬਰ ਬੈਠਾ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਪਤਾ ਕੌਣ ਨੇ ਮਾਫੀ ਚਾਹੁੰਦਾ ਪਰ ਉਹ ਲਫ਼ਜ਼ ਸੀਗੇ ਉਸ ਟਾਈਮ ਗੁਰੂ ਨਾਨਕ ਸਾਹਿਬ ਦੇ ਉਹ ਕਹਿੰਦੇ ਸੀ ਰਾਜੇ ਸੀ ਮੁਕੱਦਮ ਕੁੱਤੇ ਜਾਣ ਜਗਾਇਣ ਬੈਠੇ ਸੁੱਤੇ ਕਹਿੰਦੇ ਜਿਹੜੇ ਰਾਜੇ ਨੇ ਕਹਿਣ ਤੋਂ ਭਾਵ ਆ ਜਿਵੇਂ ਅੱਜ ਮੋਦੀ ਬੈਠਾ ਇਹ ਆਦਮਖੋਰ ਸ਼ੇਰ ਆ ਕਹਿੰਦੇ ਜਿਹੜੇ ਆ ਅਹਿਲਕਾਰ ਨੇ ਨਾ ਇਹ ਕੁੱਤੇ ਨੇ ਬਾਬਰ ਨੂੰ ਕਿਹਾ ਸੀ ਉਸ ਟਾਈਮ ਉਹ ਅੱਜ ਵੀ ਚੀਜ਼ਾਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਕਹੀਆਂ ਹੋਈਆਂ ਪਰ ਇਹ ਕੁੱਤੇ ਉਦੋਂ ਤੱਕ ਨੇ ਜਦੋਂ ਉਹ ਚੁੰਡਿਆ ਹੋਇਆ ਮਾਸ ਜਿਵੇਂ ਗਰੀਬ ਅੱਜ ਨੋਚਤਾ ਹੁਣ ਇਹਨਾਂ ਨੂੰ ਹੁਕਮ ਆਤਾ ਲਾਠੀ ਚਾਰਜ ਕਰ ਦੋ ਜੀ ਇਹਨਾਂ ਨੇ ਕਰਤਾ ਗੋਲੀ ਚਲਾ ਦੀ ਚਲਾਤੀ ਮਰਿਆ ਕੌਣ ਸੋਚਣ ਵਾਲੀ ਗੱਲ ਆ ਮਨੁੱਖਤਾ ਮਨੁੱਖਤਾ ਦੇ ਉੱਤੇ ਸੀਗਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ ਅੱਜ ਇਹ ਲੰਗਰ ਲੱਗ ਰਹੇ ਨੇ ਨਾ ਇਸ ਕਰਕੇ ਲੱਗ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਸਿੱਖਾਂ ਦੇ ਕੋਲ ਆ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਉਸ ਰਾਜੇ ਨੇ ਕਦੇ ਆਪਣੇ ਆਪ ਨੂੰ ਰਾਜਾ ਨਹੀਂ ਕਹਾਇਆ ਉਹ ਕਹਿੰਦਾ ਰਾਜ ਖਾਲਸੇ ਦਾ ਮੈਂ ਤਾਂ ਸੇਵਕ ਹਾਂ ਕਦੇ ਉਹ ਮਹਾਰਾਜਾ ਆਪਣੇ ਰਾਜ ਦੇ ਉੱਤੇ ਉਹ ਆਪਣੀ ਗੱਦੀ ਦੇ ਉੱਤੇ ਬੈਠ ਕੇ ਨਹੀਂ ਦੇਖਿਆ ਉਸ ਬੰਦੇ ਨੇ ਨਿਹੰਗ ਸਿੰਘ ਜਾਂਦੇ ਸੀਗੇ ਫੌਜਾਂ ਚੜ੍ਹ ਕੇ ਜਿਹੜੀਆਂ ਜਾਈਆਂ ਨੇ ਚੜ੍ਹ ਕੇ ਦਿੱਲੀ ਨੂੰ ਸਮਝ ਲੈਣਾ ਚਾਹੀਦਾ ਇਸ਼ਾਰਾ ਹੁੰਦਾ ਹੈ ਜਦੋਂ ਜਾਂਦੀਆਂ ਸੀ ਨਾ ਚੜ੍ਹਦੀ ਕਲਾਂ ਦੇ ਬੋਲ ਵਾਲਿਆਂ ਨਾਲ ਜਾਂਦੀਆਂ ਗੇਟ ਖੁੱਲ ਜਾਂਦੀ ਅੰਗਰੇਜ਼ ਕਹਿੰਦੇ ਆਇਆ ਹੋਇਆ ਤੇ ਮਹਾਰਾਜਾ ਨੂੰ ਕਹਿੰਦਾ ਗੋਲੀਆਂ ਚਲਾਉਂਦੇ ਆਉਂਦੇ ਆ ਉਹ ਕਹਿੰਦੇ ਇਹ ਕੌਣ ਆ ਗਏ ਉਹ ਅੰਗਰੇਜ਼ ਡਰ ਜਾਂਦੇ ਆ ਉਹ ਕਹਿੰਦਾ ਕੋਈ ਨਹੀਂ ਗੁਰੂ ਦੀਆਂ ਲਾਡਲੀਆਂ ਫੌਜਾਂ ਆਈਆਂ ਨੇ ਚੜ੍ਹ ਕੇ ਹੁਣ ਖਾਲਿਸਤਾਨ ਦੀ ਗੱਲ ਕਰਦੇ ਹੋ ਖਾਲਿਸਤਾਨ ਤੁਸੀਂ ਆਪ ਸ਼ਬਦ ਦਿੱਤਾ ਸੰਤਾਂ ਨੇ ਕਿਹਾ ਜਿੱਦਣ ਇੱਥੇ ਪਹੁੰਚ ਚੜ ਕੇ ਆਈ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ ਤੁਸੀਂ ਨੀਂਹ ਰਖਾਤੀ ਬਣਾਉਣਾ ਨਹੀਂ ਬਣਾਉਣਾ ਇਹ ਬਾਅਦ ਦੀ ਗੱਲ ਹੈ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਬਣਵਾ ਲਓ ਅੱਜ ਤੁਸੀਂ ਨਾਮ ਦਿੰਦੇ ਸ਼ਾਇਦ ਇਸ ਮੂਵਮੈਂਟ 'ਚ ਬਣ ਜਾਵੇ ਸਾਡੇ ਲਈ ਤਾਂ ਖੁਸ਼ੀ ਓ ਖੁਸ਼ੀ ਆ ਸਿੰਪਲ ਜੀ ਗੱਲ ਆ ਪੜ੍ਹੇ ਲਿਖੇ ਹੋ ਜਿਹੜੀ ਰੰਗਤ ਹੁੰਦੀ ਆ ਰਾਜਨੀਤਿਕ ਦਿੰਦੇ ਨੇ ਕਹਿੰਦੇ ਨੇ ਧਾਰਮਿਕ ਰੰਗਤ ਦੇਤੀ ਬਾਈ ਇੱਥੇ ਹਿੰਦੂ ਵੀ ਖੜਾ ਇੱਥੇ ਈਸਾਈ ਵੀ ਖੜਾ ਇੱਥੇ ਮੁਸਲਮਾਨ ਵੀ ਖੜਾ ਬੋਧੀ ਪਾਰਸੀ ਸਾਰੇ ਖੜੇ ਨੇ ਤੁਸੀਂ ਇਹ ਸਮਝ ਕੇ ਚੱਲੋ ਵੀਰੋ ਵੀ ਇੱਥੇ ਜਿਹੜੇ ਆਏ ਹੋ ਨਾ ਸਾਨੂੰ ਕੱਲ ਨੂੰ ਕੋਈ ਕਹਿ ਸਕਦਾ ਯਾਰ ISI ਦਾ ਪਲਾਂਟ ਕਰਿਆ ਹੋਇਆ ਕੁਝ ਵੀ ਕਹਿ ਦੋ ਕਹਿਣ ਨੂੰ ਤਾਂ ਮੈਂ ਕਹਿ ਦਵਾਂ ਮੈਨੂੰ ਪਾਕਿਸਤਾਨ ਮਦਦ ਕਰਦਾ ਬਾਈ ਨੂੰ ਕਹਿ ਦਵਾਂ ਪਾਕਿਸਤਾਨ ਤੁਹਾਨੂੰ ਕਹਿ ਸਕਦਾ ਤੁਹਾਨੂੰ ਪਾਕਿਸਤਾਨ ਵਾਲੇ ਨੇ ਭੇਜਿਆ ਗੱਲ ਤਾਂ ਇਹ ਨਾ ਜਿਹੜਾ ਮੁੱਦਾ ਭੜਕਾਉਣਾ ਜਿੱਧਰ ਮਰਜ਼ੀ ਨੂੰ ਭੜਕਾ ਦੋ ਖਾਲਿਸਤਾਨ ਦੀ ਜਦੋਂ ਗੱਲ ਹੋਣੀ ਖਾਲਸੇ ਨੇ ਆਪਣੇ ਆਪ ਲੈ ਲੈਣਾ ਉਹ ਗੱਲਾਂ ਛੱਡ ਦੋ
ਉਹ ਤੁਹਾਡੇ ਵੱਸ ਦੀਆਂ ਗੱਲਾਂ ਨੀ, ਉਹ ਖਾਲਸੇ ਨੇ ਆਪਣੇ ਆਪ ਸੋਚੀ ਹੋਈਆਂ ਕਿਵੇਂ ਕਰਨੀਆਂ ਨੇ, ਉਹ ਖਾਲਸੇ ਤੇ ਛੱਡ ਦੋ ਜਾਂ ਉਹਨਾਂ ਨਾਲ ਤੁਸੀਂ ਸਿੱਧੀ ਗੱਲ ਕਰੋ। ਅੱਜ ਗੱਲ ਕਿਸਾਨੀ ਦੀ ਕਰੋ, ਅੱਜ ਗੱਲ ਬੇਰੁਜ਼ਗਾਰੀ ਦੀ ਕਰੋ। ਯਾਰ ਦੇਸ਼ ਤਾਂ ਤੁਹਾਡਾ ਡੁੱਬਿਆ ਪਿਆ, ਤੁਸੀਂ ਮਹਾਨ ਮਹਾਨ ਦੱਸੀ ਜਾਂਦੇ ਹੋ, ਜੀਡੀਪੀ ਤੁਹਾਡੀ ਥੱਲੇ ਜਾਂਦੀ ਆ, ਓਏ ਗੱਲ ਕਰੋ, ਮੁੰਡੇ ਮਰ ਰਹੇ ਨੇ ਬੇਰੁਜ਼ਗਾਰੀ ਦੇ ਨਾਲ, ਆਰਮੀ ਆਫਿਸਰ ਰਿਟਾਇਰ ਹੋ ਗਏ ਨਾ, ਇਹਨਾਂ ਨੂੰ ਪੁੱਛ ਕੇ ਦੇਖੋ ਇਹ ਵਿਚਾਰੇ ਸਿਰਫ ਡਿਊਟੀ ਪਕਾ ਰਹੇ, ਇਹਨਾਂ ਨੂੰ ਬੋਲ ਕਿਉਂ ਪਕਾਉਣਾ ਪੈਂਦਾ? ਯਾਰ ਭੁੱਖਮਰੀ ਤਾਂ ਪਈ ਹੋਈ ਆ ਘਰਾਂ ਦੇ ਵਿੱਚ, 10,000 ਵੀ ਮਿਲੂਗਾ ਨਾ ਤਾਂ ਵੀ ਕਰਨੀ ਪੈ ਰਹੀ ਆ ਨੌਕਰੀ। ਜੇ ਕੋਈ ਪ੍ਰਾਈਵੇਟ ਸੈਕਟਰ ਦੇ ਵਿੱਚ ਆ, ਉਹਨੂੰ ਕਹਿੰਦੇ ਆ ਵੀ ਯਾਰ ਤੈਨੂੰ 10,000 ਦਿੰਨੇ ਆ, ਉਹ ਕਹਿੰਦਾ ਠੀਕ ਆ, ਕਹਿੰਦਾ ਲੱਗ ਗਿਆ, ਕਹਿੰਦਾ ਸਰ ਮੇਰੀ 2-4 ਮਹੀਨੇ ਬਾਅਦ ਤੇਰੀ ਤਨਖਾਹ ਬਤਾ ਦਾਂਗੇ। 2-4 ਮਹੀਨੇ ਬਾਅਦ ਪਤਾ ਕੀ ਹੁੰਦਾ, ਸਰ ਮੇਰੀ ਤਨਖਾਹ ਬਤਾ ਦੋ। ਕਹਿੰਦਾ ਕੋਈ ਨੀ, ਕੱਲ ਨੂੰ ਆਈ, ਅਗਲੇ ਦਿਨ ਇੰਟਰਵਿਊ ਰੱਖੀ ਹੁੰਦੀ, ਨਵੇਂ ਬੰਦੇ ਫਿਰ ਰੱਖਣ ਦਾ ਲੈਣ ਲੱਗੀ ਪਈ ਆ ਵੀਰੇ। ਉਹ ਸਮਝ ਜੋ, ਅੱਜ ਸਮਝ ਕੇ ਤਾਂ ਠੀਕ ਆ, ਮੋਦੀ ਈਵੀਐਮ ਨਾਲ ਜਿੱਤਦਾ, ਜਿਵੇਂ ਮਰਜ਼ੀ ਜਿੱਤਦਾ, ਤਾਕਤ ਤੁਸੀਂ ਪਟਾ ਸਕਦੇ ਹੋ ਜੇ ਦੇਸ਼ ਇਕੱਠਾ ਹੋ ਜਾਵੇ। ਲੋਕ ਥੱਲੇ ਲਾ ਲੈਂਦੇ ਹੁੰਦੇ ਆ ਵੀ ਘਰਾਂ ਤੋਂ ਕੱਢ ਲੈਂਦੇ ਹੁੰਦੇ ਆ, ਭਾਵੇਂ ਜਿਵੇਂ ਮਰਜ਼ੀ ਮੰਤਰੀ ਹੋਵੇ, ਸੰਤਰੀ ਹੋਵੇ, ਜਿਵੇਂ ਮਰਜ਼ੀ ਦਵਾਈ ਦੇ ਵਿੱਚ ਕੱਢਿਆ ਸੀ, ਛੇਕ ਕੱਢਿਆ ਸੀ, ਬੋਲਦਾ ਉਹਨਾਂ ਦਾ ਇਤਿਹਾਸ। ਇਸ ਤਰੀਕੇ ਨਾਲ ਜਦੋਂ ਲੋਕ ਨਿਕਲਦੇ ਨਾ, ਲੋਕ ਲਹਿਰ ਖੜੀ ਹੁੰਦੀ ਆ, ਲਹਿਰ ਨਾ ਟੁੱਟਣ ਦਿਓ। ਖਾਲਿਸਤਾਨ ਹੋਵੇ, ਤੁਸੀਂ ਭਾਵੇਂ ਹਿੰਦੂ ਰਾਸ਼ਟਰ ਬਣਾ ਲਓ, ਕੁਝ ਕਰ ਲਓ, ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ, ਲੋਕ ਲਹਿਰ ਨਾ ਟੁੱਟਣ ਦਿਓ। ਸੱਚ ਦੇ ਉੱਤੇ ਜਿਹੜਾ ਰਾਜ ਬਣੂਗਾ, ਜੋ ਸੱਚ ਦੇ ਨਾਲ ਚੱਲਦਾ ਰਹੂਗਾ, ਭਾਵੇਂ ਉਹ ਖਾਲਸੇ ਦਾ ਰਾਜ ਆ। ਦੇਖੋ, ਖਾਲਸੇ ਦੇ ਰਾਜ ਦੇ ਵਿੱਚ ਕਿਰਦਾਰ ਸਵਾਰਨ ਦੀ ਲੋੜ ਆ। ਜੇ ਕਿਰਦਾਰ ਸਵਾਰੋਗੇ, ਸੱਚ ਦੇ ਨਾਲ ਚੱਲੋਗੇ, ਧੀਆਂ ਭੈਣਾਂ ਨੂੰ ਇੱਜ਼ਤ ਦੋਗੇ, ਸੱਚ ਦੇ ਪੁਜਾਰੀ ਰਹੋਗੇ, ਖਾਲਸਾ ਰਾਜ ਕਰੂਗਾ। ਹਿੰਦੂਆਂ ਦੇ ਵਿੱਚ ਕੀ ਆ, ਹਿੰਦੂ ਮਾੜਾ ਯਾਰ? ਸਾਫ਼ ਜੀ ਗੱਲ ਆ, ਹਿੰਦੂ ਮਾੜਾ? ਬੰਦਾ ਮਾੜਾ ਹੁੰਦਾ, ਬੰਦਾ ਮਾੜਾ ਹੁੰਦਾ? ਗੱਲ ਹੈ ਫਿਤਰਤ ਮਾੜੀ ਆ, ਫਿਤਰਤ ਜਿਹਦੀ ਵੀ ਮਾੜੀ ਹੋਵੇ ਅਗਲਾ ਮਾੜਾ ਹੋਊਗਾ। ਇਹ ਵੀ ਇੱਕ ਬਾਤ ਬੜੀ ਦਿਲਚਸਪ ਹੈ, ਯਹਾਂ ਪੇ ਹਮ ਜਾਨਣਾ ਚਾਹਾਂਗੇ ਕਿ ਜਬ ਕਿਸਾਨੋਂ ਕਾ ਜ਼ਿਕਰ ਹੋਤਾ ਹੈ, ਪ੍ਰਧਾਨ ਮੰਤਰੀ ਔਰ ਦੇਸ਼ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਦੇਸ਼ ਕੇ ਜੋ ਕ੍ਰਿਸ਼ੀ ਮੰਤਰੀ ਹੈ, ਉਹ ਖੁਦ ਕਹਤੇ ਹੈ। ਸਪਸ਼ਟ ਹੈ ਕਿ ਵੀਡੀਓ ਵਿੱਚ ਖਾਲਿਸਤਾਨ ਦੀ ਗੱਲ ਕੀਤੀ ਗਈ ਹੈ। ਖਾਲਸਾ ਰਾਜ 1984 ਸਿੱਖ ਕਤਲੇਆਮ, ਜੋ ਅਸਲ ਵਿੱਚ ਪੰਜਾਬ ਦੇ ਹਰ ਨਾਗਰਿਕ ਦੇ ਅੰਦਰ ਮੌਜੂਦ ਹੈ, ਦੀ ਗੱਲ ਕੀਤੀ ਗਈ ਹੈ। ਪਰ ਇਹ ਸਭ ਗੱਲਾਂ ਵੀਡੀਓ ਦੇ ਸਿਰਫ ਇੱਕ ਹਿੱਸੇ ਵਿੱਚ ਕੀਤੀਆਂ ਗਈਆਂ ਨੇ। ਖਾਲਿਸਤਾਨੀ ਦਾ ਠੱਪਾ ਲਗਾਉਣ ਲਈ ਜੀ ਨਿਊਜ਼ ਨੂੰ ਸਿਰਫ ਇੰਨੀ ਹੀ ਵੀਡੀਓ ਕਲਿੱਪ ਦੀ ਜ਼ਰੂਰਤ ਸੀ, ਕਿਉਂਕਿ ਬਾਕੀ ਕਿਸਾਨੀ ਸੰਘਰਸ਼ 'ਤੇ ਕੇਂਦਰਿਤ ਗੱਲਬਾਤ ਦੀ ਵੀਡੀਓ ਨੂੰ ਜੀ ਨਿਊਜ਼ ਦੁਆਰਾ ਆਪਣੇ ਕਿਸੇ ਵੀ ਮੀਡੀਆ ਪਲੇਟਫਾਰਮ 'ਤੇ ਪ੍ਰਸਾਰਿਤ ਨਹੀਂ ਕੀਤਾ ਗਿਆ ਹੈ। ਅਤੇ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਰ ਮੀਡੀਆ ਚੈਨਲਸ ਦੁਆਰਾ ਪੂਰੀ ਵੀਡੀਓ ਵਿੱਚੋਂ ਸਿਰਫ ਆਪਣੀ ਮਰਜ਼ੀ ਦੇ ਕੁਝ ਹਿੱਸੇ ਕੱਢ ਕੇ ਪੇਸ਼ ਕਰਨਾ, ਮੀਡੀਆ ਪ੍ਰੋਪਾਗੰਡਾ ਨੂੰ ਫੈਲਾ ਕੇ ਆਮ ਲੋਕਾਂ ਨੂੰ ਭਰਮ ਵਿੱਚ ਰੱਖਣਾ, ਕੀ ਇਹ ਦੇਸ਼ ਧਰੋਹ ਨਹੀਂ ਹੈ? ਜਾਈ ਵੀ ਸੱਤਾਧਾਰੀ ਤਾਨਾਸ਼ਾਹੀ ਦੀ ਪੁਸ਼ਤ ਪਨਾਈ ਹੇਠ ਕੀਤੇ ਗਏ ਹਰ ਜ਼ੁਲਮ ਦੇ ਵਾਂਗ ਦੇਸ਼ ਪ੍ਰੇਮ ਦੀ ਇੱਕ ਅਨੋਖੀ ਮਿਸਾਲ ਹੈ। ਨੌਜਵਾਨ ਪ੍ਰਦਰਸ਼ਨਕਾਰੀ ਨੇ ਅੱਗੇ ਕਿਹਾ ਹੈ ਕਿ ਇਹ ਸਮਾਂ ਖਾਲਿਸਤਾਨ ਦੀ ਗੱਲ ਕਰਨ ਦਾ ਨਹੀਂ ਹੈ, ਕਿਸਾਨੀ ਮੁੱਦੇ ਅਤੇ ਦੇਸ਼ ਵਿੱਚ ਫੈਲੀ ਬੇਰੁਜ਼ਗਾਰੀ ਦੇ ਮੁੱਦੇ ਦੀ ਗੱਲ ਕਰਨ ਦਾ ਸਮਾਂ ਹੈ। ਅੱਜ ਗੱਲ ਕਿਸਾਨੀ ਦੀ ਕਰੋ, ਅੱਜ ਗੱਲ ਬੇਰੁਜ਼ਗਾਰੀ ਦੀ ਕਰੋ। ਜਦੋਂ ਖਾਲਸਾ ਰਾਜ ਅਤੇ ਖਾਲਿਸਤਾਨ ਦੀ ਗੱਲ ਕਰ ਰਿਹਾ, ਉਹੀ ਨੌਜਵਾਨ ਇਹ ਗੱਲ ਕਹਿ ਰਿਹਾ ਕਿ ਖਾਲਿਸਤਾਨ ਦਾ ਮੁੱਦਾ ਹੈ, ਪਰ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਮੰਗਾਂ ਮੁੱਖ ਨੇ, ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਇਕੱਲੀ ਕਲਿੱਪ ਨੂੰ ਕਿਉਂ ਨਹੀਂ ਦਿਖਾਇਆ ਗਿਆ ਕਿ ਸੜਕਾਂ 'ਤੇ ਰੁਲਿਆ ਕਿਸਾਨ ਕਿਸ ਤਰ੍ਹਾਂ ਸਰਕਾਰ ਤੋਂ ਆਪਣਾ ਹੱਕ ਮੰਗ ਰਿਹਾ ਹੈ? ਕੀ ਇਹ ਜ਼ਰੂਰੀ ਨਹੀਂ ਸੀ ਇਹ ਦਿਖਾਉਣ ਲਈ ਕਿ ਕੈਮਰੇ ਸਾਹਮਣੇ ਬੋਲ ਰਹੇ ਨੌਜਵਾਨ ਦੇ ਸ਼ਬਦਾਂ ਦਾ ਸਹੀ ਸੰਦਰਭ ਕੀ ਸੀ? ਅਜਿਹੀਆਂ ਹੀ 2-5-10 ਸੈਕਿੰਡਸ ਦੀਆਂ ਵੀਡੀਓਜ਼ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਬਹੁਤ ਹੀ ਅਹਿਮ ਅਤੇ ਵਿਚਾਰਨਯੋਗ ਪੱਖ ਹੈ ਕਿ ਜੀ ਨਿਊਜ਼ ਦੁਆਰਾ ਜਦ ਇਹ ਇੰਟਰਵਿਊ ਲਈ ਗਈ ਤਾਂ ਸਵਾਲ ਪੁੱਛ ਰਹੇ ਪੱਤਰਕਾਰ ਦੀ ਪਛਾਣ ਲਈ ਕੋਈ ਆਈਡੀ ਕਾਰਡ ਨਹੀਂ ਸੀ ਅਤੇ ਨਾ ਹੀ ਚੈਨਲ ਦੇ ਲੋਗੋ ਵਾਲੇ ਮਾਈਕ ਦੀ ਵਰਤੋਂ ਕੀਤੀ ਗਈ। ਜੀ ਨਿਊਜ਼ ਵਰਗਾ ਵੱਡਾ ਮੀਡੀਆ ਅਦਾਰਾ, ਜਿਸਨੇ 30 ਨਵੰਬਰ ਨੂੰ ਉਸ ਬਜ਼ੁਰਗ ਕਿਸਾਨ ਦੇ ਬਿਆਨ ਸਮੇਂ ਜੀ ਨਿਊਜ਼ ਦੇ ਲੋਗੋ ਵਾਲਾ ਮਾਈਕ ਵੀਡੀਓ ਵਿੱਚ ਦਿਖਾਇਆ ਸੀ, ਉਸਨੇ 30 ਨਵੰਬਰ ਤੋਂ ਬਾਅਦ ਵਾਲੀ ਇਸ ਵੀਡੀਓ ਵਿੱਚ ਚੈਨਲ ਦੇ ਅਧਿਕਾਰਿਤ ਲੋਗੋ, ਨਾਮ ਅਤੇ ਮਾਈਕ ਦੀ ਵਰਤੋਂ ਕਿਉਂ ਨਹੀਂ ਕੀਤੀ? ਖੁਦ ਦੀ ਪਛਾਣ ਲੁਕਾ ਕੇ ਆਮ ਕਿਸਾਨ ਪ੍ਰਦਰਸ਼ਨਕਾਰੀਆਂ ਤੋਂ ਅਜਿਹੀਆਂ ਬਾਈਟਸ ਲੈਣ ਦਾ ਮਕਸਦ ਤੁਸੀਂ ਖੁਦ ਦੀ ਸਮਝ ਨਾਲ ਤੈਅ ਕਰ ਸਕਦੇ ਹੋ। ਪਰ ਭਾਰਤੀ ਮੀਡੀਆ, ਜਿਸ ਵਿੱਚ ਸਭ ਨੂੰ ਸ਼ਾਮਿਲ ਨਹੀਂ ਕਰ ਸਕਦੇ, ਪਰ ਉਹ ਮੇਨਸਟ੍ਰੀਮ ਮੀਡੀਆ ਪਲੇਟਫਾਰਮ ਜਿਨ੍ਹਾਂ ਦੀ ਖਬਰ ਅਤੇ ਖਬਰ ਦਾ ਸੰਦਰਭ ਦੇਸ਼ ਦੇ ਬਹੁਗਿਣਤੀ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ, ਨੂੰ ਖੇਤੀ ਕਾਨੂੰਨਾਂ, ਕਿਸਾਨਾਂ ਦੀਆਂ ਮੰਗਾਂ ਅਤੇ ਸਰਕਾਰ ਦੇ ਵਤੀਰੇ ਦੀ ਜਗ੍ਹਾ ਇਹ ਵਿਸ਼ਾ ਜ਼ਿਆਦਾ ਦਿਲਚਸਪ ਲੱਗ ਰਿਹਾ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਦੀ ਠੰਡ ਵਿੱਚ ਸੜਕਾਂ 'ਤੇ ਬੈਠੇ ਕਿਸਾਨਾਂ ਨੂੰ ਕਿਹੜਾ ਅੱਤਵਾਦੀ ਸੰਗਠਨ ਇੰਨਾ ਫੰਡ ਭੇਜ ਰਿਹਾ ਹੈ ਕਿ ਧਰਨੇ 'ਤੇ ਬੈਠੇ ਕਿਸਾਨ ਵੀ ਖੁੱਲ੍ਹੇ ਲੰਗਰ ਵਰਤਾ ਰਹੇ ਨੇ। ਭਾਜਪਾ ਸਰਕਾਰ, ਬੀਜੇਪੀ, ਆਈਟੀ ਸੈੱਲ ਅਤੇ ਪੱਤਰਕਾਰੀ ਦੇ ਨਾਮ 'ਤੇ ਦੇਸ਼ ਨੂੰ ਬਰਬਾਦ ਕਰਨ ਦਾ ਬਿਜ਼ਨਸ ਕਰ ਰਹੇ ਮੀਡੀਆ ਚੈਨਲਾਂ ਦਾ ਪੂਰਾ ਜ਼ੋਰ ਇਸ ਪਾਸੇ ਲੱਗ ਰਿਹਾ ਹੈ ਕਿ ਕਿਵੇਂ ਇਸ ਕਿਸਾਨੀ ਸੰਘਰਸ਼ ਨੂੰ ਖਾਲਿਸਤਾਨ ਨਾਲ ਜੋੜਿਆ ਜਾਵੇ। ਇਹ ਕਿਵੇਂ ਦਰਸਾਇਆ ਜਾਵੇ ਕਿ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਭ ਵਰਗਾਂ ਦੇ ਲੋਕ ਜਿਸ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਨੇ, ਇਹ ਲੋਕ ਅੰਦੋਲਨ ਖਾਲਿਸਤਾਨ ਸਮਰਥਕਾਂ ਰਾਹੀਂ ਅੱਤਵਾਦ ਫੈਲਾ ਕੇ ਦੇਸ਼ ਲਈ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਬਹੁਤ ਵੱਡਾ ਖਤਰਾ ਹੈ। ਜੀ ਨਿਊਜ਼ ਦੁਆਰਾ ਇਹ ਹੈਸ਼ਟੈਗ ਚਲਾਇਆ ਜਾਂਦਾ ਹੈ, ਹੈਸ਼ਟੈਗ ਫਾਰਮਰਸ ਪ੍ਰੋਟੈਸਟ ਹਾਈਜੈਕਡ, ਹੈਸ਼ਟੈਗ ਅੰਦੋਲਨ ਮੇਂ ਖਾਲਿਸਤਾਨੀ।
जी न्यूज़ के पत्रकारों की पूरी मेहनत लगी हुई है कि किसी एक प्रदर्शनकारी को खालिस्तान बारे कुछ अजिहा बुलवा लिया जाए जिसकी पूरी वीडियो विचों सिर्फ 5-10 सेकेंड के कुछ अधूरे हिस्से रिपीट से चला के लखां किसानों द्वारा करीब 140 दिनों तो किए जा रहे शांतमई अंदोलन उपर एक मिनट में खालिस्तान नाल जोड़ के देश विरोधी का ठप्पा लगा दिता जाए तो अंदोलन पूरी तरह तहस नहस कर दिता जाए। टाइम्स नाओ ने हैशटैग चलाया हैशटैग किसान कानून कलैश, यह दर्शाने लिए कि खेती कानूनों का विरोध कर रहे एक किसान कांग्रेस सरकार द्वारा प्लांट किए गए। CNN न्यूज़ दिल्ली चलन वॉर कराई दस रहा है, लिखा गया है कि कौन किसानों मिसलीड कर रहा है। मेन स्ट्रीम मीडिया जिन्हों विचों आज तक जी न्यूज़, टाइम्स नाओ, इंडिया TV, AVP न्यूज़, न्यूज़ इंडिया, आर भारत, सुदर्शन, न्यूज़ नेशन, इंडिया न्यूज़ के नाम तो लोगों को हुण जवानी भी याद हो चुके हैं। किसान अंदोलन लिए मिसलीड शब्द का प्रयोग वार वार कर रहे हैं। दावा किया जा रहा है कि कांग्रेस किसानों नूं मिसलीड कर रही है, हाईजैक्ट कर रही है, खालिस्तानी किसानों नूं मिसलीड कर रहे हैं। किसान इन्ने अनपढ़ ने कि उन्होंने खेती कानूनों के उन्होंने लाभों की समझ ही नहीं है जिन्होंने नरेंद्र मोदी जी 100 बार इतिहासिक करार कर चुके हैं। किसानी संघर्ष दौरान दिल्ली दी सरहदां ते सड़कां जाम करके बैठे नौजवान अंदोलनकारियों का कहना है कि ज़्यादातर नैशनल मीडिया चैनल्स जिन्हां नूं विकाऊ मीडिया दसदे ने वह नौजवानों दी बाइट्स नूं कट के फर्जी खबरां फैलाउण लई गलत ढंग नाल इस्तेमाल करदे ने। अंदोलन कर रहे नौजवान हुण गोदी मीडिया दे नामां समेत हथकंडियां तों वी जाणू हो चुके ने। फर्जी मीडिया चैनल्स द्वारा नौजवानों नूं जाण बुझ के खालिस्तान, अतवाद, पाकिस्तान नाल जोड़ के अजिहे सवाल पुछे जांदे ने कि सवालों के जवाब विच आए बयान दे 2 सैकंड भी अजिहे मिल जाण जिस नाल किसानी अंदोलन विच कोई विवाद खड़ा किया जा सके। पर अजे तक सतर्क हो चुके किसान प्रदर्शनकारी इन्नी समझ ते सहज नाल चल रहे ने कि नैशनल मीडिया नूं अपने शब्द सामने वालों के मूहां विच पाउण लई भारी मुशक्कत करनी पै रही है। यही कारण हो सकता है कि जी न्यूज़ द्वारा वरती गई वीडियो विच पत्रकार ने अपने मीडिया चैनल की पछाण नहीं होने दी और खालिस्तान बारे हो रही गलबात की नौजवानों द्वारा अपने कैमरे विच भी वीडियो बनाई गई। मीडिया चैनल्स के अदारों विच तकनीकी माहिरां समेत विशा समगरी के कुछ बिंदुओं को प्रमुख बना के पेश करन वाले सिखित पत्रकारां की घाट नहीं है, पर भारत के कुछ पत्रकार ते कुछ मीडिया चैनल्स इस निपुणता की वरतों निरपक्ष खबरों लई करते हैं पर बहुतांत गिनती विच खबर नूं विवाद बनाउण लई करते हैं। भाजपा सरकार का IT सैल सोशल मीडिया से अपने हैशटैग्स ट्रेंडिंग से रखने सारा दिन मेहनत कर सकता है तो उन्होंने 10 मिनट की वीडियो 2 सैकेंड का क्लिप कटना बहुत ही आसान है। 2011-12 जब अन्ना हजारे द्वारा एंटी करप्शन अंदोलन किया जाता है तो नैशनल मीडिया ने आम जनता दंगा दुनिया सामने लियान का रोल अदा किया। नहीं है कि विकाऊ मीडिया चैनल पीली पत्रकारी तो फर्जी खबर हूँ शुरू हुई ने, पर उस समय नालों अज के समय में जिस हद तक राष्ट्रीय मीडिया चैनल पक्षपात ते लोक विरोधी प्रोपगंडा की नीति से चल रहे ने यह समुचे भारत देश समेत लोकतंत्र के नाम से चल रहे समूह देशों लिए वड्डा खतरा है। पहला भी केंद्र ते काबज सरकार खिलाफ जब भी कोई मुहिम खड़ी हुई तो नैशनल मीडिया के बहुतांत हिस्से ने सत्ता का पक्ष पूरिया। मीडिया रिपोर्टों के आधार पर ही देश की नाग किसी घटना जानकारी संबंधी अपनी मानता कायम करने का फैसला लेंदे ने अते समय दीयां सरकारां इन्हां मीडिया प्रोपागंडा दे सहारे अपने विरोधी खाके विच रखियां धिरां खिलाफ कारवाइयां करदियां ने। UAPA दे खतरनाक कानून तहत पहलां ही पंजाब दे नेकां नौजवानां दा मानसिक शरीरक ते विचारधारक तौर ते शोषण कीता जा रिहा है अते हुण दे किसानी संघर्ष दौरान नैशनल मीडिया द्वारा प्रदर्शनकारी नूं खालिस्तानी ते अतवाद नाल जोड़े जांदे संदर्भ आउंदे सालां विच सरकार द्वारा इन्हां ही पंजाबी नौजवानां खिलाफ UAPA दी धारा लगाउण लई सबूतां वजों वरते जाण तां कोई हैरानीजनक गल नहीं होवेगी। इस लई किसानी संघर्ष दौरान नैशनल मीडिया द्वारा कीती जा रही कवरेज, पेश कीतियां जा रहियां रिपोर्टां किसानां ते सरकार दे खिलाफ जां पक्ष विच वरतिया जा रिहा रवैया देश दे जागरूक नागरिक होण दे नाते वाचण दी सख्त जरूरत है।